ਵਿਦੇਸ਼ਾਂ ਚ ਧੱਕ ਪਾਉਣ ਤੋਂ ਬਾਅਦ ਦਿਲਜੀਤ ਦੋਸਾਂਝ ਜਦੋਂ ਭਾਰਤ ਵਿੱਚ ਆਇਆ ਤਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਸਦੇ ਕਾਨਸਰਟ ਹੋ ਰਹੇ ਨੇ ਦਿਲਜੀਤ ਦੋਸਾਂਝ ਦੀ ਸੋਸ਼ਲ ਮੀਡੀਆ ਤੋਂ ਲੈ ਕੇ ਸਾਰੇ ਪਾਸੇ ਚਰਚਾ ਹੋ ਰਹੀ ਹੈ ਪਰ ਇਹ ਚਰਚਾ ਦੋ ਤਰ੍ਹਾਂ ਦੀ ਹੈ ਚਰਚਾ ਦੋ ਤਰ੍ਹਾਂ ਦੀ ਇਸ ਕਰਕੇ ਹੈ ਕਿ ਉਹ ਲੋਕ ਜੋ ਦਿਲਜੀਤ ਦੋਸਾਂਝ ਨੂੰ ਨਹੀਂ ਜਾਣਦੇ ਸੀ ਪੰਜਾਬੀਆਂ ਨੂੰ ਨਹੀਂ ਜਾਣਦੇ ਸੀ ਉਹ ਉਸਦੇ ਬਾਰੇ ਜਾਨਣਾ ਸ਼ੁਰੂ ਕਰ ਰਹੇ ਨੇ ਪਰ ਉਹ ਲੋਕ ਵੀ ਨੇ ਜਿਨ੍ਹਾਂ ਨੂੰ ਦਿਲਜੀਤ ਦੋਸਾਂਝ ਦੀ ਇਹ ਪ੍ਰਸਿੱਧੀ ਪਸੰਦ ਨਹੀਂ ਆ ਰਹੀ ਇੱਕ ਤੁਹਾਨੂੰ ਵੀਡੀਓ ਦਿਖਾਵਾਂਗੇ ਇਸ ਤੋਂ ਬਾਅਦ ਸਾਰੀ ਗੱਲ ਅੱਗੇ ਤੋਰਾਂਗੇ ਇਹ ਵੀਡੀਓ ਤੁਸੀਂ ਦੇਖੋ ਦਿਲਜੀਤ ਦੋਸਾਂਝ ਦੇ ਕਾਨਸਰਟ ਦਾ ਇੱਕ ਵੀਡੀਓ ਹੈ ਬਹੁਤ ਸਾਰੇ ਲੋਕ ਜੋ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹੋਣਗੇ ਉਹਨਾਂ ਨੂੰ ਪਤਾ ਹੋਏਗਾ ਕਿ ਇਹ ਵੀਡੀਓ ਕਿਹੜੀ ਥਾਂ ਦਾ ਹੈ ਤੇ ਦਿਲਜੀਤ ਦੋਸਾਂਝ ਨੇ ਇਸ ਦੇ ਵਿੱਚ ਕੀ ਕੀਤਾ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਇੱਕ ਜੋ ਔਰਤ ਖੜੀ ਹੈ ਸਟੇਜ ਦੇ ਥੱਲੇ ਦਿਲਜੀਤ ਦੋਸਾਂਝ ਪਰਫਾਰਮ ਕਰ ਰਹੀ ਸੀ ਉਸ ਔਰਤ ਦਾ ਜਨਮ ਦਿਨ ਸੀ ਦਿਲਜੀਤ ਦੋਸਾਂਝ ਨੇ ਪਿਆਰ ਦੇ ਵਜੋਂ ਆਪਣਾ ਜੋ ਜੈਕਟ ਸੀ ਅਕਸਰ ਤੁਸੀਂ ਦੇਖਿਆ ਹੋਗਾ ਕਿ ਦਿਲਜੀਤ ਦੋਸਾਂਝ ਆਪਣੇ ਕਾਨਸਰਟ ਦੇ ਵਿੱਚ ਚਾਹੇ ਆਪਣਾ ਗਲਵਸ ਹੋਵੇ ਗਲਵਸ ਹੋਣ ਚਾਹੇ ਆਪਣੀ ਜੈਕਟ ਹੋਵੇ ਕੋਈ ਹੋਰ ਚੀਜ਼ ਹੋਵੇ ਆਪਣੇ ਫੈਨਸ ਨੂੰ ਇਦਾਂ ਹੀ ਵਗਾ ਕੇ ਭੀੜ ਦੇ ਵਿੱਚ ਸੁੱਟਦੇ ਨੇ ਤਾਂ ਜਿੰਨੂੰ ਮਿਲ ਜਾਂਦਾ ਤੇ ਉਹ ਰੱਖ ਲੈਂਦਾ ਤੇ ਲੋਕ ਇਸ ਨੂੰ ਲੈ ਕੇ ਖੁਸ਼ ਵੀ ਹੁੰਦੇ ਨੇ ਹੋਇਆ ਇਸੇ ਵੀ ਇਹੀ ਇਸ ਔਰਤ ਦਾ ਜਨਮ ਦਿਨ ਸੀ ਇਸ ਨੂੰ ਜਨਮ ਦਿਨ ਦੇ ਤੋਹਫੇ ਵਜੋਂ ਦਿਲਜੀਤ ਦੋਸਾਂਝ ਨੇ ਆਪਣੀ ਟੀਮ ਨੂੰ ਆਪਣੀ ਜੈਕਟ ਫੜਾਈ ਉਹਨਾਂ ਦੀ ਟੀਮ ਉਹਨਾਂ ਦੀ ਜੈਕਟ ਲੈ ਕੇ ਇਸ ਔਰਤ ਨੂੰ ਫੜਾ ਦਿੰਦੀ ਹੈ ਇਹ ਔਰਤ ਬੇਹੱਦ ਖੁਸ਼ ਹੁੰਦੀ ਹੈ ਖੁਸ਼ ਹੋਣਾ ਲਾਜ਼ਮੀ ਵੀ ਹੁੰ ਖੁਸ਼ੀ ਹੋਣੀ ਲਾਜ਼ਮੀ ਵੀ ਹੈ ਪਰ ਇਸ ਔਰਤ ਦਾ ਜੋ ਪਤੀ ਹੈ ਇਸ ਦੇ ਪਿੱਛੇ ਖੜਾ ਦਿਖਾਈ ਦੇ ਰਿਹਾ ਉਸ ਨੂੰ ਆਪਣੀ ਪਤਨੀ ਲਈ ਇੰਨੀ ਖੁਸ਼ੀ ਹੁੰਦੀ ਹੈ ਕਿ ਉਸ ਨੂੰ ਉਸ ਦਾ ਪਸੰਦੀਦਾ ਸਟਾਰ ਨੇ ਉਸ ਨੂੰ ਗਿਫਟ ਦਿੱਤਾ ਉਹ ਸ਼ਖਸ ਰੋਣ ਲੱਗ ਜਾਂਦਾ ਹੈ ਔਰ ਉਹਦੇ ਹੰਝੂ ਵਗਣ ਲੱਗ ਜਾਂਦੇ ਨੇ ਤੇ ਉਹ ਖੁਸ਼ੀ ਚ ਡਾਂਸ ਕਰਨ ਲੱਗ ਜਾਂਦਾ ਭੰਗੜਾ ਪਾਉਣ ਲੱਗ ਜਾਂਦਾ ਹੈ ਇਸੇ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਨੇ ਸਰਾਇਆ ਵੀ ਤੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਦਿਲਜੀਤ ਦੋਸਾਂਝ ਦੀ ਦਰਿਆਦਲੀ ਵੀ ਦੱਸੀ ਕਿ ਦੇਖੋ ਕਿਸ ਤਰ੍ਹਾਂ ਆਪਣੇ ਫੈਨਸ ਦਾ ਦਿਲਜੀਤ ਦੋਸਾਂਝ ਇਥੇ ਖਿਆਲ ਰੱਖਦੇ ਨੇ ਪਰ ਇਸ ਵੀਡੀਓ ਨੇ ਹੁਣ ਸੋਸ਼ਲ ਮੀਡੀਆ ਤੇ ਪਵਾੜੇ ਪਾਏ ਹੋਏ ਨੇ ਖਾਸ ਕਰਕੇ ਇਸ ਵੀਡੀਓ ਦੇ ਵਿੱਚ ਜੋ ਉਸ ਔਰਤ ਦਾ ਪਤੀ ਹੈ ਉਸ ਨੂੰ ਲੈ ਕੇ ਬਹੁਤ ਟ੍ਰੋਲਿੰਗ ਸ਼ੁਰੂ ਹੋਈ ਹੈ ਉਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਐਕਸ ਤੇ ਜਾਂ ਫੇਸਬੁੱਕ ਤੇ ਜਾਂ ਹੋਰ ਥਾਵਾਂ ਤੇ ਜਾਂ ਇੰਸਟਾਗ੍ਰam ਤੇ ਬਹੁਤ ਸਾਰੇ ਲੋਕ ਆਪੋ ਆਪਣੀ رائے ਦੇ ਰਹੇ ਨੇ ਉਹਦੇ ਵਿੱਚ ਕਮੈਂਟ ਕਰਨ ਵਾਲਿਆਂ ਦੀ ਜੋ ਨੈਗੇਟਿਵਿਟੀ ਹੈ ਉਹ ਵੀ ਦਿਖਾਈ ਦਿੰਦੀ ਹੈ ਉਹ ਇਸ ਤਰ੍ਹਾਂ ਕਿ ਲੋਕ ਤਾਂ ਇਹ ਕਹਿੰਦੇ ਨਜ਼ਰ ਆਏ ਕਿ ਇੰਨੀ ਵੀ ਕੋਈ ਵੱਡੀ ਗੱਲ ਨਹੀਂ ਸੀ ਕਿ ਤੇਰੀ ਪਤਨੀ ਨੂੰ ਕਿਸੇ ਨੇ ਗਿਫਟ ਦਿੱਤਾ ਤੇ ਤੂੰ ਖੁਸ਼ੀ ਦੇ ਮਾਰੇ ਰੋਂਣ ਲੱਗ ਗਿਆ ਤੇ ਫਿਰ ਭੰਗੜਾ ਪਾਉਣ ਲੱਗ ਗਿਆ ਤੇ ਕਈ ਲੋਕਾਂ ਨੇ ਕਿਹਾ ਕਿ ਇਸ ਸ਼ਖਸ ਨੂੰ ਕਦੇ ਜੰਗਾ ਤੇ ਭੇਜੋ ਇਸ ਸ਼ਖਸ ਨੇ ਕੋਈ ਵੱਡਾ ਕੰਮ ਕਰਨ ਨੂੰ ਕਿਉਂ ਕੀ ਇਹ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੀ ਜੋ ਗਿਫਟ ਮਿਲੇ ਤੇ ਉਸ ਤਰ੍ਹਾਂ ਦਾ ਇਹ ਰੋ ਰਿਹਾ ਹੈ ਬੱਚਿਆਂ ਵਾਂਗ ਰੋ ਰਿਹਾ ਹੈ ਤਾਂ ਉਸ ਦੀ ਮਰਦਾਨਗੀ ਤੋਂ ਲੈ ਕੇ ਉਸ ਸ਼ਖਸ ਦੇ ਇਮੋਸ਼ਨਸ ਤੱਕ ਵੀ ਲੋਕਾਂ ਨੇ ਕਮੈਂਟ ਕੀਤੇ ਇੱਕ ਤੁਹਾਨੂੰ ਤਸਵੀਰ ਦਿਖਾਉਂਦੇ ਆ ਜਿਸ ਦੇ ਵਿੱਚ ਸੋਸ਼ਲ ਮੀਡੀਆ ਤੇ ਕਿਵੇਂ ਇਸ ਸ਼ਖਸ ਨੂੰ ਟਾਰਗੇਟ ਕੀਤਾ ਗਿਆ ਤੁਸੀਂ ਇਹ ਤਸਵੀਰ ਦੇਖੋ ਅਦਿਤੀ ਨਾਮ ਦਾ ਏ ਐਕਸ ਤੇ ਹੈਂਡਲ ਹੈ ਜਿਸ ਨੇ ਇਸ ਵੀਡੀਓ ਦਾ ਸਕਰੀਨਸ਼ਾਟ ਪਾ ਕੇ ਤੇ ਉਸ ਔਰਤ ਦੇ ਪਤੀ ਨੂੰ ਟਾਰਗੇਟ ਕੀਤਾ ਤੇ ਇਹ ਕਹਿੰਦੀ ਨਜ਼ਰ ਆਈ ਕਿ ਇੱਕ ਕਿਸ ਤਰ੍ਹਾਂ ਦਾ ਬੰਦਾ ਹੈ ਜਿਹੜਾ ਕਿ ਇੱਕ ਗਿਫਟ ਮਿਲਣ ਤੇ ਰੋਣ ਲੱਗ ਗਿਆ ਇਸ ਨੂੰ ਸ਼ਰਮ ਆਣੀ ਚਾਹੀਦੀ ਹੈ ਲੋਕਾਂ ਨੇ ਇਸ ਤਰ੍ਹਾਂ ਦਾ ਕਮੈਂਟ ਕੀਤਾ ਇਕੱਲੀ ਅਦਿਤੀ ਨਹੀਂ ਹੈ ਜਿਸ ਨੇ ਇਸ ਤਰ੍ਹਾਂ ਦੀ ਕਮੈਂਟ ਕੀਤੇ ਬਹੁਤ ਸਾਰੇ ਲੋਕ ਹਜ਼ਾਰਾਂ ਲੋਕਾਂ ਨੇ ਇਸ ਸ਼ਖਸ ਨੂੰ ਟਾਰਗੇਟ ਕੀਤਾ ਤੇ ਕਿਹਾ ਕਿ ਇੱਕ ਛੋਟਾ ਜਿਹਾ ਗਿਫਟ ਮਿਲਣ ਤੋਂ ਬਾਅਦ ਤੂੰ ਇੰਨਾ ਖੁਸ਼ ਹੋ ਰਿਹਾ ਤੂੰ ਕਿਸ ਤਰ੍ਹਾਂ ਦਾ ਬੰਦਾ ਹੈ ਤੇਰੀ ਮਰਦਾਨਗੀ ਕਿੱਥੇ ਲੋਕਾਂ ਨੇ ਇਸ ਤਰ੍ਹਾਂ ਦੇ ਤਰੀਕੇ ਦੇ ਵੀ ਸਵਾਲ ਚੁੱਕੇ ਜੋ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਤਸਵੀਰ ਦੇ ਥੱਲੇ ਵਾਲੇ ਪਾਸੇ ਜੋ ਕਮੈਂਟ ਹੈ ਉਸ ਕਮੈਂਟ ਨੂੰ ਤੁਸੀਂ ਪੜੋਗੇ ਤਾਂ ਉਸ ਤੋਂ ਬਾਅਦ ਕਹਾਣੀ ਹੋਰ ਅੱਗੇ ਲੰਘ ਜਾਂਦੀ ਹੈ ਹੋਰ ਵੀ ਅੱਗੇ ਇਸ ਤੇ ਚਰਚਾ ਹੋਣ ਲੱਗ ਜਾਂਦੀ ਹੈ ਇਹ ਜੋ ਐਂਡਰਿਊ ਟੇਟ ਐਂਡਰਿਊ ਟੇਟ ਜੋ ਲੋਕ ਸੋਸ਼ਲ ਮੀਡੀਆ ਦੇ ਖਾਸੇ ਐਕਟਿਵ ਰਹਿੰਦੇ ਨੇ ਜਾਂ ਵਿਦੇਸ਼ ਦੇ ਜਿਹੜੇ ਜੋ ਸੋਸ਼ਲ ਮੀਡੀਆ ਇਨਫਲੂਐਂਸਰਸ ਨੇ ਜਾਂ ਜੋ ਹਸਤੀਆਂ ਨੇ ਉਹਨਾਂ ਨੂੰ ਜਾਣਦੇ ਪਛਾਣਦੇ ਜਾਂ ਪੜਦੇ ਲਿਖਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਕਿ ਐਂਡਰਿਊ ਟ੍ਰੇਟ ਕੌਣ ਹੈ ਐਂਡਰਿਊ ਟੇਟ ਕੌਣ ਹੈ ਇਹਦੇ ਬਾਰੇ ਵੀ ਅਸੀਂ ਦੱਸਾਂਗੇ ਪਰ ਐਂਡਰਿਊ ਟ੍ਰੇਟ ਨੇ ਕਿਹਾ ਕਿ ਤੁਹਾਨੂੰ ਇਸ ਤਸਵੀਰ ਦੇ ਥੱਲੇ ਵਾਲੇ ਪਾਸੇ ਦੇ ਕਮੈਂਟ ਨੂੰ ਦੇਖਾਣੇ ਆ ਇਸ ਦੇ ਵਿੱਚ ਐਂਡਰਿਊ ਟ੍ਰੇਟ ਨੇ ਇੱਕ ਗੱਲ ਕਹੀ ਜੋ ਕਿ ਬੜੀ ਹੈਰਾਨ ਕਰਨ ਵਾਲੀ ਔਰ ਜੋ ਲੋਕ ਵਿਦੇਸ਼ ਚ ਰਹਿੰਦੇ ਨੇ ਉਹਨਾਂ ਲਈ ਤਾਂ ਇਹ ਗੱਲ ਸਮਝਣ ਯੋਗ ਵੀ ਹੈ ਕਿ ਆਖਿਰਕਾਰ ਐਂਡਰਿਊ ਟੇਟ ਦੇ ਇਸ ਕਮੈਂਟ ਦਾ ਮਤਲਬ ਕੀ ਹੋਇਆ ਮਤਲਬ ਇਹ ਹੋਇਆ ਕਿ ਐਂਡਰਿਊ ਟ੍ਰੇਟ ਟੇਟ ਨੇ ਇਹ ਲਿਖਿਆ ਜਦੋਂ ਇਹ ਜੈਕਟ ਦਿਲਜੀਤ ਦੋਸਾਂਝ ਨੇ ਇਸ ਔਰਤ ਨੂੰ ਫੜਾਈ ਆਪਣੇ ਸਟਾਫ ਦੇ ਜ਼ਰੀਏ ਤਾਂ ਉਸ ਤੋਂ ਬਾਅਦ ਲੋਕਾਂ ਨੇ ਜਦੋਂ ਇਹ ਘੇਰਿਆ ਇਸ ਸ਼ਖਸ ਨੂੰ ਤਾਂ ਥੱਲੇ ਲਿਖਿਆ ਗਿਆ ਐਂਡਰਿਊ ਟ੍ਰੇਟ ਵੱਲੋਂ ਜਾ ਕੇ ਬੈਟ ਇਟ ਸਟਿੰਕਸ ਆਫ ਕਰੀ ਹੁਣ ਜਿਨ੍ਹਾਂ ਲੋਕਾਂ ਨੂੰ ਇਸ ਸ਼ਬਦ ਦਾ ਮਤਲਬ ਪਤਾ ਉਹ ਤਾਂ ਸਮਝ ਜਾਣਗੇ ਕਿ ਇਹਦਾ ਮਤਲਬ ਕੀ ਹੈ ਪਰ ਜਿਨ੍ਹਾਂ ਨੂੰ ਨਹੀਂ ਪਤਾ ਤੁਹਾਨੂੰ ਇਹ ਦੱਸ ਦਈਏ ਕਿ ਵਿਦੇਸ਼ਾਂ ਦੇ ਵਿੱਚ ਖਾਸ ਕਰ ਅਮਰੀਕਾ ਇੰਗਲੈਂਡ ਜਾਂ ਹੋਰ ਕੈਨੇਡਾ ਇਹਨਾਂ ਥਾਵਾਂ ਤੇ ਜਦੋਂ ਸਾਊਥ ਏਸ਼ੀਆ ਦੇ ਲੋਕ ਸਾਊਥ ਏਸ਼ੀਆ ਦੇ ਲੋਕਾਂ ਦਾ ਮਤਲਬ ਇਹ ਕਿ ਜੋ ਲੋਕ ਆਂ ਇੰਡੀਆ ਦੇ ਨੇ ਜੋ ਲੋਕ ਸ਼੍ਰੀਲੰਕਾ ਪਾਕਿਸਤਾਨ ਬੰਗਲਾਦੇਸ਼ ਇਹਨਾਂ ਥਾਵਾਂ ਤੋਂ ਇਹਨਾਂ ਮੁਲਕਾਂ 'ਚ ਜਾ ਕੇ ਵਸੇ ਨੇ ਉਹਨਾਂ ਲੋਕਾਂ ਨੂੰ ਲੋਕ ਇਹ ਸਮਝਣੇ ਕਿ ਜੋ ਕਰੀਏ ਜੇ ਤੁਸੀਂ ਗਰੇਵੀ ਬਣਾਉਂਦੇ ਹੋ ਮਤਲਬ ਸਬਜ਼ੀ ਬਣਾ ਰਹੇ ਹੋ ਦਾਲ ਬਣਾ ਰਹੇ ਹੋ ਜੋ ਅਸੀਂ ਉਹਨੂੰ ਕਰੀ ਕਿਹਾ ਜਾਂਦਾ ਹੈ ਉਸ ਨੂੰ ਜਦੋਂ ਇੰਡੀਅਨਸ ਜਾਂ ਸਾਊਥ ਏਸ਼ੀਅਨ ਲੋਕ ਵਿਦੇਸ਼ ਜਾ ਕੇ ਬਣਾਉਂਦੇ ਖਾਂਦੇ ਨੇ ਤਾਂ ਜੋ ਉੱਥੇ ਦੇ ਲੋਕ ਨੇ ਵਸਨੀਕ ਨੇ ਉਹਨਾਂ ਲੋਕਾਂ ਦੇ ਮੁਤਾਬਕ ਇਹ ਬੜੀ ਅਨ ਹਾਈਜਨਿਕ ਚੀਜ਼ ਹੁੰਦੀ ਹੈ ਬੜੀ ਗੰਦੀ ਚੀਜ਼ ਮੰਨਦੇ ਆ ਕਿ ਇਸ ਵਿੱਚ ਸਮੈਲ ਆਉਂਦੀ ਹੈ ਜਾਂ ਇਹ ਜੋ ਇੰਡੀਅਨਸ ਨੇ ਜਾਂ ਜੋ ਸਾਊਥ ਏਸ਼ੀਅਨ ਨੇ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਨੇ ਇਸ ਕਰਕੇ ਉਸ ਨੂੰ ਕਿਤੇ ਨਾ ਕਿਤੇ ਇੱਕ ਘੇਰਨ ਦਾ ਇੱਕ ਮੌਕਾ ਲੱਭਿਆ ਜਾਂਦਾ ਉੱਥੇ ਦੇ ਲੋਕਾਂ ਵੱਲੋਂ ਤੇ ਜੋ ਐਂਡਰੀਊ ਟੇਟ ਹੈ ਉਸਨੇ ਵੀ ਇਸੇ ਲੈਜੇ ਦੇ ਵਿੱਚ ਆ ਕੇ ਲਿਖਿਆ ਕਿ ਜਿਹੜੀ ਜੈਕਟ ਦਿਲਜੀਤ ਦੋਸਾਂਝ ਨੇ ਇਸ ਔਰਤ ਨੂੰ ਫੜਾਈ ਇਹ ਪੱਕੀ ਗੱਲ ਹੈ ਕਿ ਉਹ ਚ ਬਦਬੂ ਆ ਰਹੀ ਹੋਏਗੀ ਸਟਿੰਕਸ ਮਤਲਬ ਕਿ ਉਹ ਚ ਬਦਬੂ ਆ ਰਹੀ ਹੋਏਗੀ ਕਰੀ ਦੀ ਯਾਨੀ ਇਸ ਨੂੰ ਇੱਕ ਤਰ੍ਹਾਂ ਦੀ ਗਾਲ ਦੀ ਤਰ੍ਹਾਂ ਵਰਤਿਆ ਜਾਂਦਾ ਸਾਊਥ ਏਸ਼ੀਅਨ ਦੇ ਲੋਕ ਸਾਊਥ ਏਸ਼ੀਆ ਦੇ ਲੋਕਾਂ ਲਈ ਜੋ ਜਾ ਕੇ ਇੰਗਲੈਂਡ ਅਮਰੀਕਾ ਜਾਂ ਕੈਨੇਡਾ ਇਹ ਹੋਰ ਆਸਟ੍ਰੇਲੀਆ ਹੋਰ ਵਕ ਵਕ ਮੁਲਕਾਂ 'ਚ ਰਹਿੰਦੇ ਨੇ ਤਾਂ ਜੋ ਲੋਕ ਰਹਿੰਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਇਹਦਾ ਮਤਲਬ ਕੀ ਹੈ ਐਂਡਰਿਊ ਟ੍ਰੇਟ ਟੇਟ ਅਕਸਰ ਅਜਿਹੇ ਪ੍ਰਾਣੀ ਐ ਜੋ ਸੋਸ਼ਲ ਮੀਡੀਆ ਤੇ ਜਾ ਕੇ ਕਿਸੇ ਨਾ ਕਿਸੇ ਮੁੱਦੇ ਤੇ ਆਪਣੀ رائے ਰੱਖਦਾ ਹੈ ਤੇ ਬਹੁਤ ਹੀ ਬੋਲਡ ਤਰੀਕੇ ਨਾਲ ਆਪਣੀਆਂ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਂਦਾ ਹੈ ਅਮਰੀਕਾ ਦਾ ਜੰਪਲ ਹੈ ਐਂਡਰਿਊ ਟੇਟ ਇਹਦੇ ਬਾਰੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਤੇ ਇਸ ਦੀ ਕੰਟਰੋਵਰਸੀ ਪੈਦਾ ਕਰਨ ਦੀ ਆਦਤ ਹੈ ਤੇ ਇਸ ਨੇ ਸਾਰੇ ਦੇ ਵਿੱਚ ਦੇਖਿਆ ਕਿ ਜਦੋਂ ਦਿਲਜੀਤ ਦੋਸਾਂਝ ਨਾਮ ਦਾ ਇੱਕ ਸਿੰਗਰ ਕਲਾਕਾਰ ਪੂਰੀ ਦੁਨੀਆ 'ਚ ਛਾਇਆ ਹੋਇਆ ਹੈ ਉਹ ਲੋਕ ਵੀ ਪੰਜਾਬ ਨੂੰ ਜਾਣਨਾ ਚਾਹੁੰਦੇ ਨੇ ਇਸ ਦੇ ਜ਼ਰੀਏ ਇਸਨੇ ਵੀ ਮੌਕਾ ਲੱਭਿਆ ਕਿ ਕਿਉਂ ਨਾ ਇੱਕ ਕੰਟਰੋਵਰਸੀ ਪੈਦਾ ਕੀਤੀ ਜਾਵੇ ਇੱਕ ਕਮੈਂਟ ਕਰਕੇ ਤੇ ਇਸ ਤੋਂ ਬਾਅਦ ਖਬਰਾਂ ਛਪਣੀਆਂ ਸ਼ੁਰੂ ਹੋਈਆਂ ਕਿ ਐਂਡਰਿਊ ਟੇਟ ਜੋ ਹੈ ਉਹ ਹੁਣ ਦਿਲਜੀਤ ਦੋਸਾਨ ਦੇ ਮਗਰ ਪੈ ਗਿਆ ਤੇ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਦਿਲਜੀਤ ਦੋਸਾਨ ਦੀ ਪ੍ਰਸਿੱਧੀ ਇੰਨੀ ਹੋ ਗਈ ਹੈ ਕਿ ਉਸ ਦੇ ਵਿਰੋਧੀਆਂ ਨੇ ਕੋਈ ਨਾ ਕੋਈ ਮੌਕਾ ਲੱਭਣਾ ਹੈ ਤਾਂ ਕਿ ਦਿਲਜੀਤ ਦੋਸਾਨ ਨੂੰ ਇਸ ਤਰ੍ਹਾਂ ਘੇਰਿਆ ਜਾਵੇ ਜਿਵੇਂ ਇਸ ਵੀਡੀਓ ਤੋਂ ਬਾਅਦ ਕੰਟਰੋਵਰਸੀ ਪੈਦਾ ਹੋਈ ਕਿ ਇੱਕ ਜੈਕਟ ਮਿਲਣ ਤੋਂ ਬਾਅਦ ਇੱਕ ਸ਼ਖਸ ਨੂੰ ਇੰਨਾ ਵੀ ਨਹੀਂ ਰੋਣਾ ਚਾਹੀਦਾ ਕਿ ਉਹ ਔਰ ਲੋਕਾਂ ਦੇ ਵਿਚਾਲੇ ਮਜ਼ਾਕ ਦਾ ਪਾਤਰ ਬਣ ਜਾ ਇਸ ਤਰ੍ਹਾਂ ਦੇ ਲੋਕਾਂ ਨੇ ਗੱਲਾਂ ਕਹੀਆਂ ਤੇ ਇਸ ਸ਼ਖਸ ਨੂੰ ਕਾਫੀ ਲੋਕਾਂ ਨੇ ਟ੍ਰੋਲ ਵੀ ਕੀਤਾ ਹੁਣ ਐਂਡਰਿਊ ਟੇਟ ਕੌਣ ਹੈ ਇਹਦੇ ਬਾਰੇ ਦੱਸਣਾ ਇਸ ਕਰਕੇ ਵੀ ਲਾਜ਼ਮੀ ਹੈ ਇਸ ਬਾਰੇ ਤੁਹਾਨੂੰ ਦੱਸਦੇ ਹਾਂ ਕਿ ਐਂਡਰਿਊ ਟੇਟ ਪੰਗੇ ਲੈਣ ਦੇ ਜੋ ਆਦੀ ਹੈ ਸੋਸ਼ਲ ਮੀਡੀਆ ਤੇ ਉਸ ਬਾਰੇ ਵੀ ਤੁਹਾਨੂੰ ਦੱਸੀਏ ਤੇ ਇਹ ਐਂਡਰਿਊ ਟੇਟ ਕੌਣ ਹੈ ਇਸ ਦੇ ਬਾਰੇ ਤੁਹਾਨੂੰ ਦੱਸਦੇ ਹਾਂ ਤੁਹਾਨੂੰ ਇਸ ਤੋਂ ਬਾਅਦ ਪਤਾ ਲੱਗੇ ਕਿ ਇਹ ਸ਼ਖਸ ਕਿਸ ਤਰ੍ਹਾਂ ਸੋਸ਼ਲ ਮੀਡੀਆ ਤੋਂ ਲੈ ਕੇ ਬਾਕੀ ਥਾਵਾਂ ਤੇ ਲੋਕਾਂ ਤੋਂ ਲੋਕਾਂ ਨਾਲ ਪੰਗੇ ਲੈਂਦਾ ਹੈ ਤੇ ਐਂਡਰਿਊ ਟੇਟ ਕੌਣ ਹੈ ਆਓ ਦੱਸੀਏ ਤੁਹਾਨੂੰ ਇਸ ਦਾ ਪੂਰਾ ਨਾਮ ਜੋ ਹੈ ਉਹ ਹੈ ਐਮਰੋਏ ਐਂਡਰਿਊ ਟੇਟ ਐਂਡਰਿਊ ਟੇਟ ਕਿਸੇ ਨਾ ਕਿਸੇ ਕਾਰਨ ਕਰਕੇ ਵਿਵਾਦਾਂ 'ਚ ਰਹਿੰਦਾ ਤੁਹਾਨੂੰ ਮੈਂ ਦੱਸਿਆ ਹੀ ਪਹਿਲਾਂ ਐਂਡਰਿਊ ਸਾਬਕਾ ਕਿੱਕ ਬੌਕਸਰ ਰਹਿ ਚੁੱਕਾ ਹੈ ਕਿੱਕ ਬੌਕਸਿੰਗ ਇਹ ਕਰਦਾ ਹੁੰਦਾ ਸੀ ਉਸ ਤੋਂ ਬਾਅਦ ਇਹ ਐਂਟਰਟੇਨਮੈਂਟ ਦੇ ਜਗਤ 'ਚ ਆਇਆ ਬ੍ਰਿਟੇਨ ਦੇ ਟੀਵੀ ਸ਼ੋਅ ਹੋਇਆ ਸੀ ਇੱਕ ਬਿਗ ਬ੍ਰਦਰ ਉਸ ਤੋਂ ਬਾਅਦ ਇਸ ਨੂੰ ਇਸ ਨੂੰ ਮਸ਼ਹੂਰੀ ਮਿਲੀ ਸੀ ਐਂਡਰਿਊ ਟ੍ਰੇਟ ਨੂੰ ਇਸ ਨੂੰ ਹਾਲਾਂਕਿ ਇਹ ਗੱਲ ਇੱਕ ਬੜੀ ਦਿਲਚਸਪ ਗੱਲ ਇਹ ਹੈ ਕਿ ਇਸ ਬਿਗ ਬ੍ਰਦਰ ਸ਼ੋਅ ਦੇ ਵਿੱਚ ਜਿਵੇਂ ਬਿਗ ਬਾਸ ਇੰਡੀਆ 'ਚ ਹੁੰਦਾ ਹੈ ਉਸ ਤਰ੍ਹਾਂ ਬਿਗ ਬ੍ਰਦਰ ਸ਼ੋਅ ਉੱਥੇ ਉਸ ਦੇ ਵਿੱਚ ਇਹ ਐਲੀਮੀਨੇਟ ਨਹੀਂ ਹੋਇਆ ਯਾਨੀ ਗੇਮ ਚੋਂ ਬਾਹਰ ਨਹੀਂ ਹੋਇਆ ਇਹਨੂੰ ਕੱਢ ਦਿੱਤਾ ਗਿਆ ਉਹ ਇਸ ਕਰਕੇ ਕੱਢ ਦਿੱਤਾ ਗਿਆ ਕਿ ਇਸ ਨੇ ਇੱਕ ਇੱਕ ਪਾਰਟਿਸਪੈਂਟ ਤੇ ਇੱਕ ਔਰਤ ਪਾਰਟਿਸਪੈਂਟ ਤੇ ਹਮਲਾ ਕੀਤਾ ਸੀ ਉਸ ਦੇ ਇਲਜ਼ਾਮ 'ਚ ਇਸ ਨੂੰ ਸ਼ੋਅ ਦੇ ਵਿੱਚੋਂ ਬਾਹਰ ਚੁੱਕ ਕੇ ਸੁੱਟ ਦਿੱਤਾ ਗਿਆ ਇਸ ਤੋਂ ਬਾਅਦ ਇਸ ਤੇ ਬੜੇ ਗੰਭੀਰ ਇਲਜ਼ਾਮ ਵੀ ਨੇ ਰូមਾਨੀਆ ਵਿੱਚ ਬਲਾਤਕਾਰ ਦੇ ਇਲਜ਼ਾਮਾਂ ਦਾ ਵੀ ਇਹ ਸਾਹਮਣਾ ਕਰ ਰਿਹਾ ਹੈ ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਇਸ ਨੂੰ ਘਰ ਦੇ ਵਿੱਚ ਹਾਊਸ ਅਰੈਸਟ ਕਰ ਦਿੱਤਾ ਗਿਆ ਸੀ ਇਲਜ਼ਾਮ ਸਨ ਕਿ ਮਨੁੱਖੀ ਤਸਕਰੀ ਤੇ ਔਰਤਾਂ ਦੇ ਜੈਂਸੀ ਸ਼ੋਸ਼ਣ ਦਾ ਇਹ ਸ਼ੋਸ਼ਣ ਕਰਦਾ ਸੀ ਇਸ ਤਰ੍ਹਾਂ ਦੇ ਇਲਜ਼ਾਮ ਸੀ ਤੇ ਜਦੋਂ ਇਸ ਤਰ੍ਹਾਂ ਦੇ ਕੰਟਰੋਵਰਸ਼ੀਅਲ ਲੋਕ ਦੇਖਦੇ ਨੇ ਕਿ ਕਿਸੇ ਦੀ ਪ੍ਰਸਿੱਧੀ ਹੋ ਰਹੀ ਹੋਵੇ ਜਾਂ ਕੋਈ ਸ਼ਖਸ ਅਜਿਹਾ ਜੋ ਇੱਕ ਖੇਤੇ ਤੋਂ ਆਉਂਦਾ ਹੋਵੇ ਪੂਰੀ ਦੁਨੀਆ 'ਚ ਉਸ ਦੀ ਚਰਚਾ ਹੋ ਰਹੀ ਹੋਵੇ ਤਾਂ ਕੋਈ ਨਾ ਕੋਈ ਮੌਕਾ ਜ਼ਰੂਰ ਲੱਭਦੇ ਨੇ ਕਿ ਆਪਣੀ ਜੋ ਦੁਕਾਨ ਹੈ ਉਸ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਚਮਕਾਇਆ ਜਾ ਸਕੇ